ਟਾਪ ਟਾਪ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਚਰਨਜੀਤ ਕੌਰ ਹਾਰਦਿਕ ਸਵਾਗਤ ਕਰਦੀ ਹਾਂ। ਸੇਵਾ ਦਲ, ਸਮਾਜ ਭਲਾਈ ਸੰਗਠਨ ਪੰਜਾਬ ਰਜਿਸਟਰ ਅਤੇ ਐਂਟੀ ਕ੍ਰਾਈਮ ਐਂਟੀ ਕਰਪਸ਼ਨ ਐਸੋਸੀਏਸ਼ਨ ਪੰਜਾਬ ਰਜਿਸਟਰ ਦੀ ਪੂਰੀ ਟੀਮ ਵੱਲੋਂ ਸੋਵਾ ਰਾਸ਼ਨ ਵੰਡ ਸਮਾਰੋਹ ਕੀਤਾ ਜਾ ਰਿਹਾ ਹੈ। 4 ਦਸੰਬਰ 2022 ਐਤਵਾਰ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਗੁਰੂ ਨਾਨਕ ਮਾਰਕੀਟ ਨੇੜੇ ਲੰਬਾ ਪਿੰਡ ਚੌਂਕ ਵਿਖੇ ਸੈਲਾਨੀ ਮਾਤਾ ਮੰਦਿਰ 1 ਨੰਬਰ ਗੇਟ 'ਤੇ ਸੰਤ ਮਹਾਂਪੁਰਖਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸੰਸਥਾ ਵੱਲੋਂ ਕੀਤੇ ਜਾਂਦੇ ਕਾਰਜ, ਲੋੜਵੰਦ ਪਰਿਵਾਰਾਂ ਦੀਆਂ ਕੁੜੀਆਂ ਦੇ ਆਨੰਦ ਕਾਰਜ, ਬੱਚਿਆਂ ਦੀਆਂ ਫੀਸਾਂ, ਮੈਡੀਕਲ ਸਹੂਲਤ, ਮਹੀਨਾਵਾਰੀ ਰਾਸ਼ਨ। ਸੰਤ ਬਲਵੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ, ਮਹਾਮੰਡਲੇਸ਼ਵਰ ਸਵਾਮੀ ਸ਼ਾਂਤ ਨੰਦ ਜੀ ਉਦਾਸੀਨ ਗੋਪਾਲ ਨਗਰ ਵਾਲੇ, ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਰਾਏਪੁਰ ਰਸੂਲਪੁਰ, ਸੰਤ ਬਾਬਾ ਸਤਨਾਮ ਸਿੰਘ ਜੀ ਨਰੂੜ ਵਾਲੇ, ਸੰਤ ਸਵਾਮੀ ਬੇਲਾ ਦਾਸ ਜੀ ਕਪੂਰਥਲੇ ਵਾਲੇ, ਸੰਤ ਬਾਬਾ ਤਰਲੋਕ ਜੀ ਹਮੀਰਾ ਵਾਲੇ, ਬਾਬਾ ਲਖਵੀਰ ਸਿੰਘ ਮੁਖੀ ਸ਼ਹੀਦਾਂ ਤਰਨਾ ਦਲ, ਸੰਤ ਆਚਾਰਿਆ ਰਿਸ਼ੀ ਰਾਜ ਜੀ ਨਵਾਂ ਸ਼ਹਿਰ ਵਾਲੇ। ਆਪ ਜੀ ਨੂੰ ਵਿਸ਼ੇਸ਼ ਤੌਰ 'ਤੇ ਪਹੁੰਚਣ ਦਾ ਨਿੱਘਾ ਸੱਦਾ ਦਿੱਤਾ ਜਾਂਦਾ ਹੈ। ਸੁਰਿੰਦਰ ਸਿੰਘ ਕੈਰੋ ਪੰਜਾਬ ਪ੍ਰਧਾਨ ਅਤੇ ਸਮੂਹ ਮੈਂਬਰਾਂ ਸੇਵਾ ਦਲ, ਸਮਾਜ ਭਲਾਈ ਸੰਗਠਨ ਪੰਜਾਬ ਰਜਿਸਟਰ ਅਤੇ ਐਂਟੀ ਕ੍ਰਾਈਮ ਐਂਟੀ ਕਰਪਸ਼ਨ ਐਸੋਸੀਏਸ਼ਨ ਪੰਜਾਬ ਰਜਿਸਟਰ ਦੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾ ਦਲ, ਸਮਾਜ ਭਲਾਈ ਸੰਗਠਨ ਔਰ ਐਂਟੀ ਕ੍ਰਾਈਮ ਐਂਟੀ ਕਰਪਸ਼ਨ ਵੱਲੋਂ ਸੋਵਾਂ ਰਾਸ਼ਨ ਵਿਤਰਨ ਕਰਾਉਣ ਜਾ ਰਹੇ ਹਾਂ, ਜਿਹਦੇ ਵਿੱਚ ਸਾਡੇ ਮਹਾਂਪੁਰਖ ਮਹਾਂਰਿਸ਼ੀ ਸੰਤ ਸਵਾਮੀ ਜੀ, ਸਾਰੇ ਮਹਾਂਪੁਰਸ਼ਾਂ ਦੇ ਰਾਹੀਂ ਅਸੀਂ ਜਿਹੜਾ ਸਮਾਗਮ ਆ ਉਹਨਾਂ ਲਈ ਕਰਵਾਉਣ ਜਾ ਰਹੇ ਹਾਂ। ਸੁਰਿੰਦਰ ਸਿੰਘ ਕੈਰੋਂ ਐਂਟੀ ਕ੍ਰਾਈਮ ਐਂਟੀਗੇਸ਼ਨ ਪੰਜਾਬ ਪ੍ਰੈਜੀਡੈਂਟ ਵੱਲੋਂ ਮੈਂ ਸਾਰਿਆਂ ਨੂੰ ਸੱਦਾ ਪੱਤਰ ਦਿੰਦਾ ਕਿ ਮਹਾਂਪੁਰਸ਼ਾਂ ਦੇ ਆਓ ਅਸੀਂ ਬਚਨ ਵੀ ਸੁਣੀਏ ਅਤੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਸੇਵਾ ਆ ਉਹ ਸਾਨੂੰ ਸਭ ਤੋਂ ਕਰਨੀ ਚਾਹੀਏ। ਸੰਤਾਂ ਦੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਮਹਾਂਪੁਰਖ ਸੰਤਾਂ ਦੇ ਆਸ਼ੀਰਵਾਦ ਨਾਲ ਹੀ ਅਸੀਂ ਜਿਹੜੇ ਲੋੜਵੰਦ ਪਰਿਵਾਰ ਆ, ਬੇਟੀਆਂ ਸਾਡੀਆਂ, ਜਿਹੜੇ ਬੱਚੇ ਆ ਸਾਡੇ, ਉਹਨਾਂ ਦੇ ਵਿਆਹ ਵਾਸਤੇ ਵੀ ਕੁਝ ਪ੍ਰੋਗਰਾਮ ਕਰਨਾ ਅਸੀਂ, ਅਤੇ ਲੋੜਵੰਦ ਪਰਿਵਾਰ ਆ ਜਿਹੜੇ 40 ਪਰਿਵਾਰ ਆ ਉਹਨਾਂ ਨੂੰ ਰਾਸ਼ਨ ਦਿੱਤਾ ਜਾਣਾ ਹੈ। 21 ਪਰਿਵਾਰਾਂ ਨੂੰ ਜਿਹੜੇ ਬਜ਼ੁਰਗਾਂ ਦਾ ਸਨਮਾਨਿਤ ਕਰਨਾ ਹੈ ਅਤੇ ਸੰਤਾਂ ਮਹਾਂਪੁਰਖਾਂ ਦੇ ਆਸ਼ੀਰਵਾਦ ਨਾਲ ਹੀ ਅਸੀਂ 2013 ਔਰ 2014 ਦੇ ਵਿੱਚ ਇਹ ਸੰਸਥਾ ਜਿਹੜੀ ਹੈ ਸੇਵਾ ਦਲ ਸਮਾਜ ਭਲਾਈ ਸੰਗਠਨ ਬਣਾਈ ਸੀ। ਅੱਜ ਅਸੀਂ ਉਹਦਾ 100ਵਾਂ ਮਹੀਨਾ ਹੋਣ ਕਰਕੇ ਅਤੇ ਅਸੀਂ ਪੂਰਾ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ। ਇਸ ਕਰਕੇ ਜਿਹੜੇ ਲੋੜਵੰਦ ਪਰਿਵਾਰ ਨੇ, ਲੋੜਵੰਦ ਪਰਿਵਾਰ ਤਾਂ ਅਸੀਂ ਵੀ ਹਾਂ, ਅਸੀਂ ਕਿਹੜੇ ਐਡੇ ਮਤਲਬ ਅਮੀਰ ਹਾਂ, ਪਰ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਜਿਹੜੀ ਹੈ ਸਾਡੇ 'ਤੇ ਉਹ ਅਸੀਂ ਕਰ ਰਹੇ ਹਾਂ। ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰ ਰਹੇ ਹਾਂ, ਸਾਡੀ ਡਿਊਟੀ ਲੱਗੀ ਹੋਈ ਹੈ। ਜਿੰਨਾ ਚਿਰ ਜਨ ਜਾਨ ਸਾਡੀ ਰਹੀ ਉਸ ਲੋੜਵੰਦ ਪਰਿਵਾਰਾਂ ਦੀ ਅਸੀਂ ਸੇਵਾ ਕਰਦੇ ਰਹਾਂਗੇ। ਮੈਂ ਪ੍ਰੈਸ ਮੀਡੀਆ ਨੂੰ ਵੀ ਕਹਿੰਦਾ ਕਿ ਉਸ 4 ਤਰੀਕ ਨੂੰ 2 ਤੋਂ 5 ਵਜੇ ਤੱਕ ਆਪਾਂ ਆ ਕੇ ਸਾਡੇ ਜਿਹੜੀ ਕਵਰਿੰਗ ਆ ਉਹ ਪੂਰੀ ਕਰਕੇ ਦੇਸ਼ ਵਿਦੇਸ਼ਾਂ ਵਿੱਚ ਵਜਾਈ ਜਾਵੇ ਕਿ ਜਿਹੜੀ ਅਸੀਂ ਲੋੜਵੰਦ ਪਰਿਵਾਰਾਂ ਦੀ ਸੇਵਾ ਕੀਤੀ ਹੈ ਉਹ ਸਾਨੂੰ ਸੱਚੇ ਪਾਤਸ਼ਾਹ ਵਧੀਆ ਫਲ ਦੇਣ ਅਤੇ ਲੋੜਵੰਦ ਪਰਿਵਾਰਾਂ ਨੂੰ ਜਿੱਥੇ ਵੀ ਅਸੀਂ ਕਿਤੇ ਲੋੜ ਪੈਂਦੀ ਹੈ, ਕਿਸੇ ਬੱਚੇ ਨੂੰ ਸਕੂਲ ਦੀਆਂ ਕਾਪੀਆਂ, ਕਿਤਾਬਾਂ ਜਾਂ ਕੋਈ ਬਿਮਾਰ ਹੈ ਹੋਸਪਿਟਲਾਂ ਦੇ ਵਿੱਚ, ਅਸੀਂ ਉਹਨਾਂ ਦੇ ਇਲਾਜ ਵਾਸਤੇ ਵੀ ਜਿਹੜੀ ਸਾਡੀ ਸੰਸਥਾ ਹੈ ਉਹ ਪੈਸੇ ਦਿੰਦੀ ਹੈ। ਅਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਸਾਡੇ ਕੋਈ ਦਫ਼ਤਰ ਆ ਕੇ ਉਹ ਸਾਨੂੰ ਕਹਿੰਦਾ ਹੈ ਕਿ ਮੈਂ ਬਿਮਾਰ ਹਾਂ ਜਾਂ ਕੁਛ, ਮੇਰੀ ਜਿੰਨੀ ਵੀ ਕੋਈ ਲੋੜ ਹੁੰਦੀ ਹੈ ਉਹ ਸੰਸਥਾ ਸਹਾਇਤਾ ਕਰਦੀ ਹੈ। ਮੈਂ ਸਾਰਿਆਂ ਨੂੰ ਫਿਰ ਐਤਵਾਰ 2 ਵਜੇ ਤੋਂ ਜਿਹੜਾ ਪ੍ਰੋਗਰਾਮ ਹੈ ਸਾਡਾ ਲੰਮਾ ਪਿੰਡ ਸੈਲਾਨੀ ਮਾਤਾ ਮੰਦਿਰ ਦੇ ਕੋਲ ਉਹ ਸਮਾਗਮ ਹੋਣਾ ਹੈ, ਉੱਥੇ ਸੰਤ ਮਹਾਂਪੁਰਸ਼ ਪਹੁੰਚ ਰਹੇ ਹਨ। ਆ ਉਹਨਾਂ ਦੇ ਬਚਨ ਵੀ ਸੁਣੀਏ ਅਤੇ ਨਾਲੇ ਲੋੜਵੰਦ ਪਰਿਵਾਰਾਂ ਦੀ ਅਸੀਂ ਸੇਵਾ ਕਰੀਏ। ਰਾਸ਼ਨ ਦੇ ਨਾਲ ਅਸੀਂ ਜੋ ਕਰੋ, ਲੋੜਵੰਦ ਪਰਿਵਾਰਾਂ ਨੂੰ ਜਿਹੜੇ ਕੰਬਲ ਦੇ ਰਹੇ ਹਾਂ, ਬੈੱਡਸ਼ੀਟ ਚਾਦਰਾਂ ਲੇਡੀਜ਼ ਨੂੰ ਦੇ ਰਹੇ ਹਾਂ ਔਰ ਕਾਪੀਆਂ ਕਿਤਾਬਾਂ ਉਹ ਵੀ ਦੇ ਰਹੇ ਹਾਂ। ਇੱਕ ਥੋੜ੍ਹੇ ਵਿੱਚ ਸਾਨੂੰ ਫੋਨ ਵੀ ਪਵਾਇਆ ਸੀ ਕਿ ਬੱਚੇ ਦੇ ਅੰਗ ਹੈ ਨਹੀਂ ਗਏ, ਉਹਨੂੰ ਸ਼ਾਇਦ ਅਸੀਂ ਟ੍ਰਾਈਸਾਈਕਲ ਵੀ ਦੇਈਏ। ਬਾਕੀ ਦੇਣ ਵਾਲਾ ਉਹ ਪਰਮਾਤਮਾ ਆ, ਅਸੀਂ ਕੌਣ ਦੇਣ ਵਾਲੇ ਹਾਂ, ਅਸੀਂ ਤਾਂ ਉਹਨਾਂ ਦੇ ਜ਼ਰੀਏ ਅਸੀਂ ਵੀ ਮੰਗਦੇ ਹੀ ਹਾਂ। ਅਸੀਂ ਵੀ ਉਹਨਾਂ ਵਾਸਤੇ ਸਾਨੂੰ ਮੰਗਣਾ ਪਵੇ ਤਾਂ ਅਸੀਂ ਜ਼ਰੂਰ ਇਹ ਦਾਨ ਪੁੰਨ ਕਰਨੇ ਚਾਹੁੰਦੇ ਹਾਂ, ਜਿਹਨਾਂ ਨੂੰ ਕਰਨਾ ਉਹ ਕਰਨਾ ਚਾਹੀਦਾ ਹੈ। ਸਾਰਿਆਂ ਨੂੰ ਇਹ ਸਾਡੀ ਕਮੇਟੀ ਪੂਰੀ ਐਂਟੀ ਕ੍ਰਾਈਮ ਔਰ ਸੇਵਾ ਦਾ ਸਮਾਜ ਭਲਾਈ ਵੱਲ ਕਰ ਦਾਂਗੇ, ਜਿਹਨਾਂ ਮੇਰੇ ਨਾਲ ਪਿਆਰ ਨਾਲ ਰਲ ਕੇ ਨਾਲ ਚੱਲਦੇ ਹਨ। ਮੈਂ ਸਾਰਿਆਂ ਨੂੰ ਇੱਥੇ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾਂਗੇ। ਤੁਸੀਂ ਸਾਡੀ ਜਿਹੜੀ ਇਹ ਖਬਰ ਹੈ ਵੱਧ ਤੋਂ ਵੱਧ ਪਹੁੰਚਾਓ, ਉਦੋਂ 4 ਤਰੀਕ ਨੂੰ ਫਿਰ ਦੁਬਾਰਾ ਐਤਵਾਰ
2 to 5 तक असं लोड़वंद परिवारों की सेवा करनी है। सारे सदा पत्र देंगे कि वो भी पहुँचन आके विचार सुन।